ਸੀਗੀ ਪਾਲੀ ਸੰਧੂ ਜੀ, ਬ੍ਰੇਕ ਡਾਂਸ ਵੀ ਬਹੁਤ ਵਧੀਆ ਕਰਦੇ ਹੈਗੇ, ਹੈ ਨਾ? ਦੇਖ ਆਈ ਵੀਡੀਓ ਨਹੀਂ ਟਲੇ ਹੈ, ਮਤਲਬ ਮੈਂ, ਮੇਰਾ ਤਾਂ ਮਨ ਕਰਦਾ ਵੀ ਕਦੇ ਸਬੱਬ ਬਣਿਆ ਤਾਂ ਮੈਂ ਕੰਪੀਟੀਸ਼ਨ ਕਰੂੰਗਾ ਇਸ ਚੀਜ਼ ਦਾ, ਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਜਿਹੜੀ ਮਰਜ਼ੀ ਆ ਜਾਵੇ, ਦੋ ਲੱਗ ਗਏ ਨੇ ਇੱਕ ਪਾਸੇ, ਮੈਂ ਇਕੱਲਾ ਇੱਕ ਪਾਸੇ, ਰੋਟੀਆਂ ਲਾਉਣ ਦੀ ਸਪੀਡ 'ਚ, ਆਟਾ ਗੁੰਨਣ ਦੀ ਸਪੀਡ 'ਚ, ਹੈ ਨਾ? ਸੋ ਇਹ ਮੈਂ ਥੈਂਕ ਯੂ ਕਰਦਾ ਮੇਰੀ ਮਾਂ ਦਾ ਜਿਹਨੇ ਮੈਨੂੰ ਇੰਨਾ ਕੁਛ ਸਿਖਾਇਆ, ਹੈ ਨਾ? ਪੇੜ ਪਰ ਪੱਕਾ ਪਪੀਤਾ, ਪੱਕਾ ਪੇੜਿਆ, ਪੱਕਾ ਪਪੀਤਾ, ਪੱਕੇ ਪੇੜ ਪਰ ਪੱਕਾ ਪਪੀਤਾ, ਪੱਕਾ ਪੇੜਿਆ, ਪੱਕਾ ਪਪੀਤਾ, ਪੱਕੇ ਪੇੜ ਪਰ ਪੱਕਾ ਪਪੀਤਾ, ਪੱਕਾ ਪਪੀਤਾ, ਪੱਕਾ ਪਪੀਤਾ, ਚਲੋ ਛੱਡੋ, ਮਤਲਬ ਬਹੁਤ ਬਹੁਤ ਵਧੀਆ ਬੋਲ ਰਹੇ ਸੀਗੇ, ਬਟ ਉਹ ਕਹਿੰਦੇ ਨਹੀਂ ਮੈਂ ਨਹੀਂ, ਮੈਂ ਨਹੀਂ ਬੋਲਣਾ, ਔਖਾ ਯਾਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਤਰੁਣ ਨਈਅਰ, ਅਤੇ ਜਿਵੇਂ ਕਿ ਸਭ ਨੂੰ ਪਤਾ ਹੈ ਕਿ 6 ਮਾਰਚ ਨੂੰ ਫਿਲਮ ਲੱਗ ਰਹੀ ਹੈ ਜ਼ੋਰਾ ਦਾ ਸੈਕਿੰਡ ਚੈਪਟਰ, ਸੋ ਅੱਜ ਉਹਨਾਂ ਦੀ ਸਟਾਰਕਾਸਟ ਨਾਲ ਗੱਲ ਕਰਨ ਲਈ ਮੈਂ ਪਹੁੰਚ ਚੁੱਕਾ ਹੋਇਆ, ਅਤੇ ਹੁਣ ਮੇਰੇ ਨਾਲ ਖੜੇ ਹੋਏ ਨੇ ਪਾਲੀ ਸੰਧੂ ਜੀ, ਜੋ ਕਿ ਇਸ ਫਿਲਮ ਵਿੱਚ ਸੁੱਖਾ ਦਾ ਰੋਲ ਪਲੇਅ ਕਰ ਰਹੇ ਨੇ, ਸੋ ਆਓ ਕਰਦੇ ਹੋ ਨਾ ਗੱਲਬਾਤ। ਸੋ ਪਹਿਲਾਂ ਤੁਹਾਡਾ ਪੰਜਾਬ ਪਲੱਸ ਵਿੱਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ ਜੀ। ਜਿਵੇਂ ਕਿ ਮੂਵੀ ਰਿਲੀਜ਼ ਹੋ ਰਹੀ ਹੈ 6 ਮਾਰਚ ਨੂੰ ਜ਼ੋਰਾ ਦਾ ਸੈਕਿੰਡ ਚੈਪਟਰ, ਉਹਦੇ ਵਿੱਚ ਤੁਸੀਂ ਸੁੱਖਾ ਦਾ ਰੋਲ ਪਲੇਅ ਕਰ ਰਹੇ ਹੋ, ਕੀ ਮਤਲਬ ਜਦੋਂ ਸ਼ੂਟਿੰਗ ਟਾਈਮ ਆਪਾਂ ਸ਼ੁਰੂਆਤ ਕਰੀਏ, ਸ਼ੁਰੂਆਤ ਤੋਂ ਸ਼ੁਰੂ ਕਰਦੇ, ਕਹਿੰਦੇ ਨਾ ਕਿ ਸ਼ੁਰੂਆਤ ਸੇ ਸ਼ੁਰੂ ਕਰਤੇ ਹੈ, ਸ਼ੂਟਿੰਗ ਟਾਈਮ ਦੇ ਸ਼ੁਰੂਆਤ ਦੇ ਸ਼ੁਰੂ ਕਰੀਏ, ਉਦੋਂ ਕਿਹੜੇ ਕਿਹੜੇ ਟਾਈਮ ਦੇ ਵਿੱਚ ਤੁਹਾਨੂੰ ਹੋਇਆ ਸੀ ਕਿ ਹਾਂ ਯਾਰ ਇਹ ਬਹੁਤ ਵਧੀਆ ਸੀਨ ਚੱਲ ਰਹੇ ਹੈਗੇ ਆ, ਕਿ ਇੱਦਾਂ ਦੇ ਸੀਨ ਦੇ ਵਿੱਚ ਮੈਂ ਕਦੀ ਸੋਚਿਆ ਨਹੀਂ ਸੀ, ਕਿਉਂਕਿ ਇੱਕ ਆਪਾਂ ਟੀਜ਼ਰ ਦੇਖਿਆ ਬਹੁਤ ਹੱਟ ਕੇ ਟੀਜ਼ਰ ਹੈਗਾ ਇਹਦਾ। ਉਹ ਤਾਂ ਇਹੀ ਆ ਬਾਈ, ਕਿਉਂਕਿ ਜਦੋਂ ਮੇਕਰੀ ਇੰਨਾ ਸਟਰੋਂਗ ਹੋਵੇ, ਹੈ ਨਾ, ਔਰ ਜਿਨ੍ਹਾਂ ਦੀ ਕਲਮ 'ਚ ਇੰਨਾ ਦਮ ਹੋਵੇ ਤਾਂ ਓਬੀਅਸ ਜੀ ਗੱਲ ਹੈ, ਫਿਲਮ ਤਾਂ ਆਪਣੇ ਆਪ ਹੀ ਉੱਪਰ ਉੱਠ ਕੇ ਹੋਊਗੀ, ਹੈ ਨਾ? ਬਾਕੀ ਜਿਹੜੀ ਮੇਰੀ ਗੱਲ ਹੈ ਕਿ ਕਦੋਂ ਪਤਾ ਲੱਗਿਆ, ਹੈ ਨਾ, ਜੋ ਤੁਸੀਂ ਸਵਾਲ ਕੀਤਾ ਉਹਦੇ ਲਈ ਇਹ ਕਿ ਉਹ ਤਾਂ ਪਹਿਲੀ ਫਿਲਮ 'ਤੇ ਪਤਾ ਲੱਗਿਆ ਸੀਗਾ, ਹੈ ਨਾ, ਜਿੰਨਾ ਕੁ ਮੈਂ ਉਸ ਫਿਲਮ ਦਾ ਹਿੱਸਾ ਰਿਹਾ, ਹੈ ਨਾ, ਕਿਉਂਕਿ ਮੈਂ ਆਲਮੋਸਟ ਸਾਰੀ ਫਿਲਮ ਦਾ ਹੀ ਨਾਲ ਰਿਹਾ ਸ਼ੂਟ 'ਤੇ, ਹੈ ਨਾ, ਕਾਫੀ, ਕਿਉਂਕਿ ਜੋਰਾ ਜਿੱਥੇ ਹੈਗਾ ਉੱਥੇ ਉਹਦੇ ਨਾਲ ਦੇ ਉਹਦੀਆਂ ਸੱਜੀਆਂ ਖੱਬੀਆਂ ਬਾਹਾਂ ਉਹ ਤਾਂ ਹੋਣੇ ਹੋਣੇ ਆ। ਸੋ ਇਹ ਚੀਜ਼ ਆ, ਮੈਂ ਇਹ ਸਾਰਾ ਕ੍ਰੈਡਿਟ ਮੇਕਰਸ ਨੂੰ ਹੀ ਦਊਂਗਾ, ਅਮਰਦੀਪ ਗਿੱਲ ਬਾਈ ਜੀ ਨੂੰ। ਓਕੇ ਜੀ, ਅਤੇ ਜਦੋਂ ਉਹਨਾਂ ਨੇ ਤੁਹਾਨੂੰ ਚੂਜ਼ ਕੀਤਾ ਸੀਗਾ ਕਿ ਤੁਸੀਂ ਇੱਕ ਸਕ੍ਰਿਪਟ ਤੁਹਾਨੂੰ ਦੱਸੀ ਗਈ ਸੀਗੀ, ਉਦੋਂ ਤੁਹਾਡਾ ਇੱਕਦਮ ਕੀ ਰਿਐਕਸ਼ਨ ਨਿਕਲਿਆ ਸੀ ਸਕ੍ਰਿਪਟ ਪੜ੍ਹਨ ਤੋਂ ਬਾਅਦ? ਸਭ ਤੋਂ ਖੁਸ਼ੀ ਦੀ ਗੱਲ ਉਦੋਂ ਹੁੰਦੀ ਹੈ ਬਾਈ, ਕਿ ਜਦੋਂ ਤੁਹਾਨੂੰ ਕਰੈਕਟਰ ਸੁਣਾਇਆ ਜਾਂਦਾ, ਹੈ ਨਾ, ਦੱਸਿਆ ਜਾਂਦਾ ਕਿ ਇੱਦਾਂ ਦਾ, ਔਰ ਉਹ ਚੀਜ਼ ਤੁਹਾਡੇ ਆਲਰੇਡੀ ਆਪਣੇ ਆਪ ਹੀ ਉਹ ਨੇੜੇ ਹੋਵੇ ਪਹਿਲਾਂ ਹੀ, ਤਾਂ ਉਦੋਂ ਬਾਅਦ ਦੇ ਵਿੱਚ ਐਂ ਵੀ ਉੱਤੋਂ ਇਹ ਹੋਵੇ ਕਿ ਮਤਲਬ ਜਿਹਦਾ ਤੁਹਾਡੀ ਬੌਂਡਿੰਗ ਹੈ। ਹੁਣ ਅਮਰਦੀਪ ਬਾਈ ਨਾਲ ਸਿਰਫ ਇਹ ਨਹੀਂ ਹੈਗਾ ਕਿ ਮੇਰੀ ਫਿਲਮ ਤੱਕ ਹੀ ਉਹਨਾਂ ਨਾਲ ਸੀਗਾ, ਹੈ ਨਾ, ਵੀ ਜਦੋਂ ਉਹਨਾਂ ਨੇ ਮੈਨੂੰ ਕਾਸਟ ਕੀਤਾ ਸੀ ਉਦੋਂ ਹੀ ਮੈਂ ਉਹਨਾਂ ਨੂੰ ਜਾਣਦਾ, ਮੈਂ ਉਹਨਾਂ ਨੂੰ ਉਦੋਂ ਪਹਿਲਾਂ ਤੋਂ ਜਾਣਦਾ, ਔਰ ਅਸੀਂ, ਮੈਂ ਉਹਨਾਂ ਨੂੰ ਵੱਡਾ ਭਰਾ ਕਹਿੰਦਾ ਹੁੰਦਾ, ਹੈ ਨਾ, ਮੇਰੇ ਵੱਡੇ ਭਰਾ ਨੇ ਉਹ ਮੈਨੂੰ ਹਰ ਚੀਜ਼ਾਂ ਦੱਸਦੇ ਰਹਿੰਦੇ, ਨਿੱਕੀਆਂ ਨਿੱਕੀਆਂ ਗੱਲਾਂ, ਅਤੇ ਉਹਨਾਂ ਨਾਲ ਮੇਰਾ ਰਿਲੇਸ਼ਨ ਇੱਕ ਬੜਾ ਅਲੱਗ ਹੈ, ਫਿਲਮ ਇੰਡਸਟਰੀ ਤੋਂ ਪਹਿਲਾਂ ਉਹ ਮੇਰੇ ਵੱਡੇ ਭਰਾ ਨੇ ਇੱਕ ਤਰ੍ਹਾਂ ਦੇ, ਹੈ ਨਾ, ਅਤੇ ਇਹ ਚੀਜ਼ ਮੇਰੇ ਲਈ ਜ਼ਿਆਦਾ ਵਧੀਆ ਸੀ, ਇੱਕ ਤਾਂ ਕਰੈਕਟਰ ਆਲਰੇਡੀ ਮੇਰੇ ਨੇੜੇ ਸੀ, ਔਰ ਦੂਸਰਾ ਉਹ ਮੈਨੂੰ ਬਹੁਤ ਸਮਝਦੇ ਨੇ ਔਰ ਮੈਂ ਉਹਨਾਂ ਨੂੰ ਸਮਝਦਾ, ਹੈ ਨਾ, ਸੋ ਉਹ ਚੀਜ਼ਾਂ ਬਹੁਤ ਈਜ਼ੀ ਹੋ ਜਾਂਦੀਆਂ ਉਸ ਤੋਂ ਬਾਅਦ ਦੇ ਵਿੱਚ। ਸੋ ਇਹ ਸੀਗਾ ਜੀ ਸਾਡਾ। ਅਤੇ ਜਿਵੇਂ ਕਿ ਆਪਾਂ ਫਿਲਮ ਦੀ ਸ਼ੂਟਿੰਗ ਦੀ ਗੱਲ ਕਰ ਰਹੇ ਹੈਗੇ ਹਾਂ, ਉਸ ਸ਼ੂਟਿੰਗ ਦੇ ਦੌਰਾਨ ਕੋਈ ਨਾ ਕੋਈ ਸੈੱਟ 'ਤੇ ਇੱਦਾਂ ਦਾ ਮੂਮੈਂਟ ਜ਼ਰੂਰ ਆਉਂਦਾ ਕਿ ਜਿਹੜਾ ਕਿ ਬਹੁਤ ਹੀ ਮਤਲਬ ਵਧੀਆ ਮੂਮੈਂਟ ਹੁੰਦਾ, ਇੱਕ ਹਾਸਾ ਵੀ ਪੈਂਦਾ ਹੁੰਦਾ, ਥੋੜ੍ਹੀ ਜਿਹੀ ਕਲੋਲਾਂ ਅੱਜ ਕੱਲ੍ਹ ਜਿੱਦਾਂ ਪੰਜਾਬੀ ਕਰਦੇ ਰਹਿੰਦੇ ਆ, ਕੋਈ ਇੱਦਾਂ ਦਾ ਮੂਮੈਂਟ ਜਿਹੜਾ ਤੁਸੀਂ ਆਡੀਅੰਸ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ? ਮੈਂ ਇੱਕ ਚੀਜ਼ ਹੈਗੀ ਆ, ਮੈਂ ਨਾ ਸਾਕਾ ਫਿਲਮ ਕੀਤੀ ਸੀ 2015 'ਚ, ਹੈ ਨਾ ਜੀ, ਅਤੇ ਸਾਕਾ ਨਨਕਾਣਾ ਸਾਹਿਬ, ਮੁਕਲਦੇਵ ਜੀ ਅੰਮ੍ਰਿਤ ਧਾਲੀਵਾਲ ਨਾ, ਉਹ ਮੈਂ ਨਾ, ਮੇਰੀ ਆਦਤ ਰਹੀ ਹੈ, ਮੈਂ ਹੈਗਾ ਥੋੜ੍ਹਾ ਜਿਹਾ ਸ਼ੁਗਲੀ ਟਾਈਪ ਜ਼ਿਆਦਾ, ਮੈਂ ਜ਼ਿਆਦਾ, ਮੈਂ ਘਰੇ ਵੀ ਆਈ ਰਹਿੰਦਾ, ਮੈਂ ਕੋਈ ਵੀ ਕੰਮ ਕਰਾਂ, ਚਾਹੇ ਮੈਂ ਇੱਥੇ ਹੁਣ ਰਹਿੰਦੇ ਅਸੀਂ ਦੋ ਮੁੰਡੇ ਰਹਿੰਦੇ ਹਾਂ, ਰੋਟੀਆਂ ਵੀ ਲਾਉਂਦਾ ਹੋਵਾਂ ਨਾ ਮੈਂ ਤਾਂ ਵੀ ਨੱਚਦਾ ਟੱਪਦਾ ਰਹਿੰਦਾ, ਮੇਰੀ ਆਦਤ ਹੈ ਚਾਹੇ ਮੈਂ ਸੈੱਟ 'ਤੇ ਹੋਵਾਂ। ਉੱਥੇ ਜਗਮੀਤ ਸੁੰਦਰੀ ਸਰ ਨੇ ਮੈਨੂੰ ਪਹਿਲੀ ਗੱਲ ਸੀ, ਕਹਿੰਦਾ ਯਾਰ ਠੀਕ ਆ ਤੂੰ ਖੁਸ਼ ਰਹਿੰਦਾ, ਵਧੀਆ ਗੱਲ ਹੈ, ਸੈੱਟ 'ਤੇ ਕਹਿੰਦਾ ਥੋੜ੍ਹਾ ਜਿਹਾ ਕਰੈਕਟਰ 'ਚ ਰਿਹਾ ਕਰ। ਉਦੋਂ ਬਾਅਦ ਦੇ ਵਿੱਚ, ਕਿਉਂਕਿ ਹਰ ਫਿਲਮ 'ਚੋਂ ਨਾ ਬਹੁਤ ਚੀਜ਼ਾਂ ਹੌਲੀ ਹੌਲੀ ਤੁਹਾਨੂੰ ਸਿੱਖਣ ਨੂੰ ਮਿਲਦੀਆਂ, ਔਰ ਉਹ ਬੰਦਾ ਅਮਲ ਉਸੇ 'ਤੇ ਤਾਂ ਹੀ ਕਰਦਾ ਜੇਕਰ ਉਹਨੇ ਲੰਬੀ ਰੇਸ ਦਾ ਘੋੜਾ ਬਣਨਾ, ਜਿਵੇਂ ਸਿਆਣੇ ਕਹਿੰਦੇ, ਹੈ ਨਾ, ਸੋ ਉਹ ਚੀਜ਼ਾਂ ਮੈਂ ਫੋਲੋ ਕਰਦਾ ਆ ਰਿਹਾ ਹੌਲੀ ਹੌਲੀ। ਹਾਂ, ਮੈਂ ਹੁਣ, ਮੈਂ ਉਹ ਜਦੋਂ ਮੈਂ ਟੇਕ ਦੇਣਾ ਹੁੰਦਾ ਉਦੋਂ ਪਹਿਲਾਂ ਮੈਂ ਉਸ ਚੀਜ਼ ਦਾ ਧਿਆਨ ਰੱਖਦਾ ਹੁੰਦਾ ਕਿ ਮੈਂ ਪਾਸੇ ਨਾ ਜਾਵਾਂ, ਮੈਂ ਆਪਦੇ, ਹੈ ਨਾ, ਆਪਣੇ ਡਾਇਲੋਗਸ 'ਤੇ, ਆਪਣੇ ਕਰੈਕਟਰ 'ਤੇ ਉਹਦੇ ਵਿੱਚ ਰਹਾਂ, ਉਹਦੇ 'ਤੇ ਕੰਮ ਕਰਦਾ ਰਹਾਂ, ਹੈ ਨਾ। ਹਾਂ, ਉਦੋਂ ਬਾਅਦ ਵਿੱਚ ਜਿਹੜੀ ਫਨ ਦੀ ਗੱਲ ਆ ਉਹ ਤਾਂ ਫਿਰ ਪੂਰਾ ਹੀ ਆ, ਮੈਂ ਤਾਂ, ਮੈਂ ਨਹੀਂ ਪਿੱਛੇ ਹਟਦਾ ਹੁੰਦਾ, ਕਿਉਂਕਿ ਬਾਕੀ ਐਂ ਕਿ ਜਿੱਥੇ ਤੁਹਾਡਾ ਰਿਲੇਸ਼ਨ ਹੀ ਪ੍ਰੋਪਰ ਘਰ ਵਾਲਾ ਹੋਵੇ, ਹੈ ਨਾ, ਅਮਰਦੀਪ ਬਾਈ ਨੂੰ ਪੁਰਾਣਾ ਜਾਣਦਾ ਸੀ, ਟੀਮ ਸਾਰੀ ਪੁਰਾਣੀ ਜਾਣਦੇ ਹਾਂ, ਹੁਣ ਤੱਕ ਮਤਲਬ ਐਂ ਵੀ ਫਿਲਮਾਂ ਕਰਦੇ ਨਾ, ਹੁਣ ਉਸੇ ਟੀਮ 'ਚੋਂ ਗਾਂਹ ਦੀ ਗਾਂਹ ਸਾਰੇ ਸਾਨੂੰ ਕੋਈ ਨਾ ਕੋਈ ਮਿਲ ਜਾਂਦਾ, ਉਹ ਫਿਰ ਹੋਰ ਈਜ਼ੀਲੀ ਹੋਰ ਖੁੱਲ੍ਹ ਜਾਈਦਾ, ਫਿਰ ਹੋਰ ਵਧੀਆ ਕੰਮ ਹੁੰਦਾ ਨਾਲੇ, ਕਿਉਂਕਿ ਹੱਸਣਾ ਖੇਡਣਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਆ, ਜੇ ਤੁਸੀਂ ਹੱਸੋਂ ਖੇਡੋਗੇ ਨਹੀਂ ਤਾਂ ਤੁਸੀਂ ਆਪਣੇ ਕੰਮ ਨੂੰ ਇੰਜੋਏ ਨਹੀਂ ਕਰੋਗੇ, ਜੇ ਕੰਮ ਨੂੰ ਇੰਜੋਏ ਨਹੀਂ ਕਰੋਗੇ ਤਾਂ ਤੁਹਾਡਾ ਕੰਮ ਵਧੀਆ ਨਹੀਂ ਹੋਊਗਾ, ਦੈਟਸ ਇਟ। ਅਤੇ ਜੇ ਆਪਾਂ ਡਾਇਲੋਗਸ ਬਾਰੇ ਗੱਲ ਕਰੀਏ, ਤੁਸੀਂ ਸਾਡੇ ਆਡੀਅੰਸ ਨੂੰ ਕੋਈ ਇੱਕ ਡਾਇਲੋਗ ਆਪਣਾ ਸੁਣਾ ਸਕਦੇ ਹੈਗੇ ਕਿ ਹਾਂ ਇਹ
ਐਨਾ ਸਵਾਦ ਜਾ ਨਹੀਂ ਆਉਣਾ ਹੈਗਾ ਫਿਲਮ ਦਾ, ਕਿਉਂਕਿ ਉਹ ਫਿਰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ, ਕਿਉਂਕਿ ਮੇਰੀ ਐਂਟਰੀ ਲੋਕਾਂ ਨੇ ਇੱਥੇ ਕਹਿਣਾ ਉੱਥੇ ਪਾਲੀ ਫਿਰ ਆਹ ਬੋਲੂਗਾ, ਤਾਂ ਕਰਕੇ ਆ, ਕਿਉਂਕਿ ਕੁਛ ਬਹੁਤ ਘੱਟ ਫਿਲਮਾਂ ਹੁੰਦੀਆਂ ਇੱਦਾਂ ਦੀਆਂ ਜਿਨ੍ਹਾਂ ਨੂੰ, ਮਤਲਬ ਮੈਂ ਚਾਹੁੰਦਾ ਕਿ ਮੈਂ ਹਮੇਸ਼ਾ ਸਾਰਿਆਂ ਨੂੰ ਹੁਣ ਤੱਕ ਇਹੀ ਕਹਿੰਦਾ ਆਇਆ ਪਿੱਛੇ ਵੀ ਜਿੰਨੇ ਵੀ ਇੰਟਰਵਿਊਜ਼ ਹੋਈਆਂ, ਕਿ ਯਾਰ ਐਪਸ ਬਹੁਤ ਚੱਲ ਪਈਆਂ ਹਨਾ, ਐਮਾਜ਼ੋਨ ਪ੍ਰਾਈਮ ਉੱਲੂ ਇਹ ਉਹ ਸਭ ਹੈਗਾ, ਵਧੀਆ ਗੱਲ ਹੈ, ਚੀਜ਼ਾਂ ਪ੍ਰਮੋਟ ਹੋ ਰਹੀਆਂ, ਸਾਨੂੰ ਵੀ ਪ੍ਰਮੋਟ ਕਰ ਰਹੇ ਨੇ ਉਹ, ਪਰ ਇਹ ਕੁਛ ਫਿਲਮਾਂ ਇੱਦਾਂ ਦੀਆਂ ਹੁੰਦੀਆਂ ਜਿੰਨਾਂ ਤੁਹਾਨੂੰ ਮਤਲਬ ਵੀ ਸਿਨੇਮੇ 'ਚ ਦੇਖਣ ਦਾ ਹੀ ਜ਼ਿਆਦਾ ਸਵਾਦ ਆਊਗਾ, ਹੈ ਨਾ, ਕਿਉਂਕਿ ਇੱਕ ਇੰਨੇ ਸੋਹਣੇ ਕੈਨਵਸ ਨੂੰ ਇੰਨੇ ਵਧੀਆ ਤਰੀਕਿਆਂ ਨਾਲ ਹੈ ਨਾ ਬਾਈ ਨੇ ਸਿਰਜਿਆ ਉਹਨੂੰ, ਅਤੇ ਉਹ ਤਾਂ ਨਜ਼ਾਰਾ ਫਿਰ ਉਹ ਵੱਡੀ ਸਕਰੀਨ 'ਤੇ ਆਉਣਾ, ਸੋ ਤਾਂ ਕਰਕੇ ਮੈਨੂੰ ਇਹ ਹੈ ਕਿ ਨਿੱਕੀ ਤੋਂ ਨਿੱਕੀ ਚੀਜ਼ ਵੀ, ਜੇਕਰ ਜਿਵੇਂ ਹੁਣ ਤੁਸੀਂ ਸਵਾਲ ਕੀਤਾ ਵੀ ਡਾਇਲੋਗ ਦਾ ਨਾ, ਮੈਨੂੰ ਇਹ ਹੈ ਕਿ ਇੱਥੋਂ ਨਾਲ ਉਹ ਜਿਹੜਾ ਦੁੱਗਣਾ ਸਵਾਦ ਉੱਥੇ ਆਉਣਾ ਨਾ, ਉਹਦਾ ਫਿਰ ਮਜ਼ਾ ਮੈਂ ਕਹਿੰਦਾ ਨਾ ਹੀ ਖਰਾਬ ਹੋਵੇ। ਓਕੇ, ਅੱਛਾ ਜੇ ਮੈਂ ਗੱਲ ਕਰਾਂ ਇਸ ਫਿਲਮ ਦੇ ਵਿੱਚ, ਸਿੰਘਾ ਬਾਜੀ ਦੀ ਵੀ ਡੈਬਿਊ ਕੀਤਾ ਉਸ ਫਿਲਮ ਦੇ ਵਿੱਚ, ਤੁਹਾਨੂੰ ਉਹਨਾਂ ਨਾਲ ਕੰਮ ਕਰਕੇ ਜਾਂ ਉਹ ਸੈੱਟ ਦੌਰਾਨ ਤੇ ਉਹਨੂੰ ਕਿੱਦਾਂ ਦਾ ਲੱਗਾ ਸਭ ਉਹਨਾਂ ਨਾਲ ਕੰਮ ਕਰਕੇ? ਮੈਨੂੰ ਬਹੁਤ ਵਧੀਆ ਲੱਗਿਆ ਬਾਈ ਨਾਲ ਕੰਮ ਕਰਕੇ, ਹੈ ਨਾ, ਹਾਲਾਂਕਿ ਡਾਇਲੋਗ ਸਾਡਾ ਕੋਈ ਨਹੀਂ ਹੈਗਾ ਆਪਸ ਵਿੱਚ, ਹਾਂ ਪਰ ਆਹਮੋ ਸਾਹਮਣੇ ਜ਼ਰੂਰ ਹੋਏ ਹਾਂ, ਕਿਉਂਕਿ ਜਿੱਥੇ ਜ਼ੋਰ ਆੜ ਗਿਆ ਫਿਰ ਸੱਜੀ ਖੱਬੀ ਬਾਂਹ ਤਾਂ ਨਾਲ ਹੋਣੀ ਹੋਣੀ ਉਹਦੇ, ਹੈ ਨਾ, ਸੋ ਬਾਈ ਨੂੰ ਮੈਂ ਦੇਖਿਆ ਔਰ ਬਹੁਤ ਹੰਬਲ ਪਰਸਨ ਨੇ, ਵਧੀਆ ਮਿਲੇ ਆ ਕੇ, ਮੇਰਾ ਜ਼ਿਆਦਾ ਹਜੇ ਰਾਬਤਾ ਰਿਹਾ ਨਹੀਂ ਉਹਨਾਂ ਨਾਲ ਸੈੱਟ 'ਤੇ, ਅਤੇ ਕਿਉਂਕਿ ਇੱਕ ਸੀਨ ਸੀਗਾ ਇਕੱਠਿਆਂ ਜਿਹਾ, ਉਹ ਉਦੋਂ ਹੀ ਮੈਂ ਮਿਲਿਆ ਉਹਨਾਂ ਨੂੰ, ਅਤੇ ਉਦੋਂ ਪਹਿਲਾਂ ਨਾ ਅੱਜ ਤੱਕ ਮਿਲੇ ਹਾਂ ਔਰ ਨਾ ਅੱਗੇ ਸ਼ਾਇਦ ਮਿਲਾਂਗੇ, ਅੱਗੇ ਤਾਂ ਹੋਊਗਾ ਹੀ ਕੰਮ, ਹੈ ਨਾ, ਜਦੋਂ ਵੀ ਫਿਰ ਮੈਂ ਥੋੜ੍ਹਾ ਜ਼ਿਆਦਾ ਵਿਸਥਾਰ ਨਾਲ ਦੱਸ ਪਾਊਂਗਾ। ਓਕੇ, ਅੱਛਾ ਮੈਂ ਇੱਕ ਚੀਜ਼ ਤੁਹਾਡੇ ਬਾਰੇ ਮੈਂ ਸਟੱਡੀ ਕੀਤੀ ਸੀ ਕਿ ਪਾਲੀ ਸੰਧੂ ਜੀ ਬ੍ਰੇਕ ਡਾਂਸ ਵੀ ਬਹੁਤ ਵਧੀਆ ਕਰਦੇ ਹੈਗੇ, ਹੈ ਨਾ, ਦੇਖ ਆਏ ਵੀਡੀਓ ਨਹੀਂ ਟਲੇ ਹੈ, ਠੀਕ ਆ, ਉਹ ਬ੍ਰੇਕ ਡਾਂਸ, ਹਾਂ ਮਤਲਬ ਮੈਂ ਪ੍ਰੋਫੈਸ਼ਨਲ ਤਾਂ ਨਹੀਂ ਹੈਗਾ ਉਸ ਚੀਜ਼ ਦੇ ਵਿੱਚ, ਹਲਕੇ ਫੁਲਕੇ ਠੁਮਕੇ ਲਾ ਲਈਦੇ ਜਿਵੇਂ ਆਪਾਂ ਪੰਜਾਬੀ ਬੰਦੇ ਜਿਵੇਂ ਬੋਲਦੇ ਹੁੰਦੇ ਆ, ਹੈ ਨਾ, ਬਾਕੀ ਮੇਰੇ ਜਿਹੜੀ ਕਮਾਂਡ ਹੈ ਉਹ ਮਾਰਸ਼ਲ ਆਰਟ 'ਚ ਹੈ ਅਤੇ ਪੰਜਾਬੀ ਫੋਕ ਡਾਂਸ ਭੰਗੜੇ 'ਚ ਆ, ਬੋਲੀਆਂ 'ਚ ਆ, ਹੈ ਨਾ, ਸੋ ਕਿਉਂਕਿ ਉਹ ਚੀਜ਼ਾਂ ਮੈਂ ਕਰਦਾ ਹਾਂ ਸਕੂਲ ਟਾਈਮ ਤੋਂ, ਥੀਏਟਰ ਹੋ ਗਿਆ, ਹਾਂ, ਅਤੇ ਇਹਨਾਂ 'ਚ ਮੇਰਾ ਥੋੜ੍ਹਾ ਜ਼ਿਆਦਾ ਬ੍ਰੇਕ ਡਾਂਸ, ਹਾਂ ਕਰ ਲੈਂਦਾ ਪਰ ਇੰਨਾ ਉਹ ਨਹੀਂ, ਪ੍ਰੋਫੈਸ਼ਨਲੀ ਨਹੀਂ ਵੀ ਮੈਂ ਜਾ ਕੇ ਉਹ ਜਿਹੜੇ ਆਪਣੇ ਕੰਪੀਟੀਸ਼ਨ ਹੁੰਦੇ ਆ ਉਹਨਾਂ 'ਚ ਖੜ੍ਹਾ ਹੋ ਜਾਂ, ਸੋ ਉਸ ਲੈਵਲ ਦਾ ਨਹੀਂ ਹੈਗਾ। ਮਤਲਬ ਇਹਨਾਂ ਤੋਂ ਐਕਟਿੰਗ ਤੋਂ ਇਲਾਵਾ ਹੋਰ ਵੀ ਕਈ ਕਈ ਤਰੀਕੇ ਦੇ ਸ਼ੌਂਕ ਰੱਖਦੇ ਹੈਗੇ ਤੁਸੀਂ? ਬਿਲਕੁਲ ਬਿਲਕੁਲ, ਸ਼ੌਂਕ ਰੱਖਦਾ ਬਾਈ, ਮੈਨੂੰ ਕੁਕਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ, ਪੰਜਾਬੀ ਖਾਣੇ ਦੇ ਵਿੱਚ ਹਰ ਚੀਜ਼ ਮੈਂ ਬਣਾ ਲੈਂਦਾ, ਮਤਲਬ ਮੈਂ ਮੇਰਾ ਤਾਂ ਮਨ ਕਰਦਾ ਵੀ ਕਦੇ ਸਬੱਬ ਬਣਿਆ ਤਾਂ ਮੈਂ ਕੰਪੀਟੀਸ਼ਨ ਕਰੂੰਗਾ ਇਸ ਚੀਜ਼ ਦਾ, ਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਜਿਹੜੀ ਮਰਜ਼ੀ ਆ ਜਾਏ, ਦੋ ਲੱਗ ਜਾਣ ਇੱਕ ਪਾਸੇ, ਮੈਂ ਇਕੱਲਾ ਇੱਕ ਪਾਸੇ, ਰੋਟੀਆਂ ਲਾਉਣ ਦੀ ਸਪੀਡ 'ਚ, ਆਟਾ ਗੁੰਨਣ ਦੀ ਸਪੀਡ 'ਚ, ਹੈ ਨਾ, ਸੋ ਇਹ ਮੈਂ ਥੈਂਕ ਯੂ ਕਰਦਾ ਮੇਰੀ ਮਾਂ ਦਾ ਜਿਹਨੇ ਮੈਨੂੰ ਇੰਨਾ ਕੁਛ ਸਿਖਾਇਆ, ਹੈ ਨਾ, ਕਿਉਂਕਿ ਉਹ ਚੀਜ਼ਾਂ ਮੇਰੇ ਅੱਜ ਤੱਕ ਕੰਮ ਆ ਰਹੀਆਂ ਨੇ, ਅਤੇ ਕਿਉਂਕਿ ਸ਼ਾਇਦ ਕਹਿੰਦੇ ਹੁੰਦੇ ਨਾ ਵੀ ਤੁਹਾਨੂੰ ਤੁਹਾਡੇ ਜਿਹੜੇ ਮਾਪੇ ਹੁੰਦੇ ਉਹ ਥੋਥੋਂ ਵੱਧ ਤੁਹਾਨੂੰ ਜਾਣਦੇ ਹੁੰਦੇ ਆ, ਮੇਰੀ ਮਾਂ ਨੂੰ ਪਤਾ ਸੀ ਵੀ ਇਹਨੇ ਇਕੱਲੇ ਨੇ ਰਹਿਣਾ, ਇਹਨੇ ਕੁਛ ਬਣਨਾ ਅਤੇ ਇਹ ਚੀਜ਼ਾਂ ਦੇ ਕੰਮ ਆਉਣੀਆਂ, ਮੈਨੂੰ ਪਹਿਲਾਂ ਹੀ ਪ੍ਰਪੇਅਰ ਕਰਤਾ ਸੀ ਮਾਤਾ ਨੇ ਇਸ ਚੀਜ਼ ਲਈ। ਮਤਲਬ ਇਹ ਆਪਾਂ ਓਪਨ ਚੈਲੰਜ ਕਰ ਰਹੇ ਹੈਗੇ ਹਾਂ, ਆ ਕੇ ਕੰਪੀਟੀਸ਼ਨ ਕਰੋ, ਅਸੀਂ ਹਰਾ ਕੇ ਰਹਿਣਾ, ਅਸੀਂ ਨਾ ਪੰਜਾਬ ਪਲੱਸ ਇੱਕ ਕੰਪੀਟੀਸ਼ਨ ਜ਼ਰੂਰ ਰਖਾਵਾਂਗੇ ਤੁਹਾਡਾ, ਇੱਦਾਂ ਤੁਹਾਡਾ ਨਾਮ ਹੋਏ ਨਾ ਉਸ ਚੀਜ਼ 'ਚ ਹੋਰ ਵੀ ਜ਼ਿਆਦਾ, ਜਿਤਨਾ ਇੱਧਰ ਹੀ ਹੈਗਾ ਮੈਨੂੰ ਪੂਰਾ ਪੂਰਾ ਯਕੀਨ ਲੱਗ ਰਿਹਾ ਜਿਸ ਕੌਨਫੀਡੈਂਸ ਨਾਲ ਆਪਾਂ ਬੋਲੇ ਜਾ ਰਹੇ। ਬਿਲਕੁਲ ਬਿਲਕੁਲ ਬਾਈ, ਕਿਉਂਕਿ ਮੇਰਾ ਐਕਸਪੀਰੀਅੰਸ ਹੀ ਬਹੁਤ ਆ ਉਹ ਚੀਜ਼ 'ਚ ਜੀ, ਹੈ ਨਾ, ਸੋ ਇਹ ਚੀਜ਼ ਆ। ਓਕੇ, ਜਿਵੇਂ ਕਿ ਮੈਂ ਇਸ ਫਿਲਮ ਦਾ ਟੀਜ਼ਰ ਦੇ ਵਿੱਚ ਵੀ ਇੱਕ ਡਾਇਲੋਗ ਹੈਗਾ, ਇੱਥੇ ਵੀ ਲਿਖਿਆ ਹੋਇਆ ਕਿ ਅੱਗ ਬਹੁਤ ਆ ਅੰਦਰ, ਹੈ ਨਾ, ਜੇ ਤੁਹਾਡੇ ਚੁੱਲ੍ਹੇ ਨਾ ਮਚੇ ਤਾਂ ਮਹਿਲ ਮਚਣਗੇ, ਹੈ ਨਾ, ਇਹ ਤੁਸੀਂ ਡਾਇਲੋਗ ਆਪਣੇ ਮਤਲਬ ਜ਼ੋਰਾ ਦੀ ਲੈਂਗੁਏਜ ਦੇ ਵਿੱਚ ਬੋਲ ਕੇ ਦਿਖਾ ਸਕਦੇ, ਜ਼ੋਰਾ ਦੀ ਫੋਰਮ ਦੇ ਵਿੱਚ? ਪਹਿਲਾਂ ਵੀ ਇੰਟਰਵਿਊ ਹੋਈ ਹੈ ਇੱਕ, ਉਹਦੇ 'ਚ ਵੀ ਐਂ ਪੰਗਾ ਜਿਹਾ ਪਿਆ ਸੀਗਾ, ਅਤੇ ਮਤਲਬ ਮੈਨੂੰ ਲਾਈਨ ਯਾਦ ਕਰਨੀ ਪਈ, ਕਿਉਂਕਿ ਬਾਈ ਦੀ ਕਲਮ ਹੈ ਵੀਰੇ, ਐਵੇਂ ਤਾਂ ਕੋਈ ਬੋਲ ਨਹੀਂ ਸਕਦਾ ਇਹਨੂੰ, ਬਟ ਮੈਂ ਟਰਾਈ ਕਰਦਾ। ਅੱਗ ਬਹੁਤ ਅੰਦਰ ਜੇ ਸਾਡੇ ਚੁੱਲ੍ਹੇ ਨਾ ਮੱਚੇ ਤਾਂ ਮਹਿਲ ਮੱਚਣਗੇ, ਅੱਗ ਬਹੁਤ ਅੰਦਰ ਜੇ ਸਾਡੇ ਚੁੱਲ੍ਹੇ ਨਾ ਮੱਚੇ ਨਾ ਤਾਂ ਮਹਿਲ ਮੱਚਣਗੇ। ਠੀਕ ਹੈ, ਬਾਤ ਬਹੁਤ ਬਹੁਤ ਬਾਈ, ਕੰਮ ਐਂ ਜੇ ਕਰਾਉਂਦਾ ਹੁੰਦਾ ਬਾਈ ਕੰਮ, ਨਾ ਹੌਲੀ ਹੌਲੀ ਸਹਿਜ ਠਹਿਰਾਵ ਨਾਲ। ਜੀ ਜੀ ਜੀ, ਬਹੁਤ ਬਹੁਤ ਵਧੀਆ ਬੋਲਿਆ। ਅੱਛਾ, ਇੱਕ ਜਾਂਦੇ ਜਾਂਦੇ ਮੈਂ ਤੁਹਾਡੇ ਕੋਲ ਨਾ ਟੰਗ ਟੂ ਸੇ ਪੁੱਛਾਂਗਾ, 5 ਵਾਰੀ ਬੋਲਣ ਨੂੰ ਲਗਾਤਾਰ ਕਾਹਨੂੰ ਪੰਗੇ ਲੈਂਦੇ ਹਾਂ ਬਾਈ ਯਾਰ, ਚਲੋ ਬਹੁਤ ਸੌਖਾ ਜਿਹਾ ਹੈਗਾ, ਟਰਾਈ ਕਰਦੇ ਹਾਂ। ਠੀਕ ਹੈ, ਪਪੀਤਾ ਦਾ ਹੈ ਨਾ ਪਖਾਨੇ ਹੈਗੇ ਆ, ਤੁਸੀਂ ਇੱਥੋਂ ਸੁਣ ਕੇ ਬਹੁਤ ਸੌਖਾ ਜਿਹਾ ਹੋਣਾ। ਬਿਲਕੁਲ ਬਿਲਕੁਲ, ਹੁਣ ਮੇਰਾ ਟੰਗ ਟੂ ਹੈਗਾ, ਪੱਕਾ ਪੇੜ ਜਾਂ ਪੱਕਾ ਪਪੀਤਾ, ਪੱਕੇ ਪੇੜ ਪਰ ਪੱਕਾ ਪਪੀਤਾ? ਯਾਰ ਪਹਿਲਾਂ ਤਾਂ ਹੌਲੀ ਸੁਣਾ ਇਹਨੂੰ, ਮੈਨੂੰ ਸਮਝ ਨਹੀਂ ਆਇਆ, ਪੱਕੇ ਪੇੜ ਪਰ ਪੱਕਾ ਪਪੀਤਾ, ਪੱਕਾ ਪੇੜ ਜਾਂ ਪੱਕਾ ਪਪੀਤਾ, ਪੱਕੇ ਪੇੜ ਪਰ ਪੱਕਾ ਪਪੀਤਾ, ਪੱਕਾ ਪੇੜ ਜਾਂ ਪੱਕਾ ਪਪੀਤਾ, ਪੱਕਾ ਪਪੀਤਾ, ਤੂੰ ਤਾਂ ਸਿੱਖ ਗਿਆ ਨਾ, ਰੱਟੇ ਲਾ ਕੇ ਆਇਆ ਨਾ, ਮੈਨੂੰ ਤੁਸੀਂ ਜਿਹੜਾ ਮਰਜ਼ੀ ਕਹਿ ਦਿਓ ਮੈਂ ਬੋਲ ਦੂੰਗਾ, ਜਿਹੜਾ ਮਰਜ਼ੀ ਕਹਿ ਦਿਓ ਮੈਂ ਬੋਲ ਦੂੰਗਾ। ਯਾਰ ਇਹ ਮੇਰਾ ਮੇਰੀ ਜੌਬ ਹੀ ਨਹੀਂ ਹੈਗੀ ਇਹ, ਚਲੋ ਕੋਈ ਨਹੀਂ ਜੀ, ਦੁਬਾਰਾ ਸੁਣਾਈ ਇੱਕ ਵਾਰੀ। ਪੱਕੇ ਪੇੜ ਪਰ ਪੱਕਾ ਪਪੀਤਾ, ਪੱਕਾ ਪੇੜ ਜਾਂ ਪੱਕਾ ਪਪੀਤਾ, ਪੱਕੇ ਪੇੜ ਪਰ ਪੱਕਾ ਪਪੀਤਾ, ਪੱਕਾ ਪੇੜ ਜਾਂ ਪੱਕਾ ਪਪੀਤਾ, ਪੱਕੇ ਪੇੜ ਪਰ ਪੱਕਾ ਪਪੀਤਾ, ਪੱਕਾ ਪੇੜ ਜਾਂ ਪੱਕਾ ਪਪੀਤਾ, ਪੱਕੇ ਪੇੜ ਪਰ ਪੱਕਾ ਪਪੀਤਾ, ਪੱਕਾ ਪਪੀਤਾ, ਪੱਕਾ ਪਪੀਤਾ, ਚਲੋ ਛੱਡੋ। ਮਤਲਬ
ਇਹ ਨਾ ਸੋਚੋ ਯਾਰ ਕਿ ਨੈੱਟਫਲਿਕਸ 'ਤੇ ਆਜੂਗੀ, ਉੱਥੇ ਵੀ ਦੇਖਿਓ, ਉੱਥੇ ਤੁਹਾਡਾ ਮਨ ਆਪਣੇ ਆਪ ਹੀ ਕਰੂਗਾ ਜੇਕਰ ਤੁਸੀਂ ਫਿਲਮ ਸਿਨੇਮੇ 'ਚ ਜਾ ਕੇ ਦੇਖੋਗੇ 6 ਮਾਰਚ ਨੂੰ, ਹੈ ਨਾ। ਕਿਉਂਕਿ ਮੈਂ ਪਹਿਲਾਂ ਵੀ ਕਹੀ ਹੈ ਇਹ ਗੱਲ ਕਿ ਜੇ ਤੁਸੀਂ ਘਰੇ ਦੇਖੋਗੇ, ਘਰੇ ਹੁਣ ਸਾਰਾ ਪਰਿਵਾਰ ਹੁੰਦਾ ਆਪਣਾ, ਜੀ ਤੁਸੀਂ ਘਰੇ ਫਿਲਮ ਦੇਖੋਗੇ ਨਾ, ਤੁਹਾਨੂੰ ਪਿੱਛੋਂ ਆਵਾਜ਼ ਆ ਜਾਣੀ ਹੈ, ਪੁੱਤ ਚਾਹੀ ਬਣਾ ਦੇ ਘੁੱਟ, ਜਾਂ ਸਮਾਨ ਫੜ ਲਿਆ ਬਾਜ਼ਾਰੋਂ, ਫਿਰ ਤੁਸੀਂ ਪੌਜ਼ ਕਰੋਗੇ ਫਿਲਮ, ਫਿਰ ਤੁਸੀਂ ਸਮਾਨ ਲੈਣ ਜਾਓਗੇ, ਸਵਾਦ ਮਰ ਜਾਣਾ ਯਾਰ। ਪਲੀਜ਼ ਸਿਨੇਮੇ 'ਚ ਜਾ ਕੇ ਫਿਲਮ ਦੇਖ ਕੇ ਆਇਓ 6 ਮਾਰਚ ਨੂੰ, ਜ਼ੋਰਾ ਦਾ ਸੈਕਿੰਡ ਚੈਪਟਰ। ਬਾਅਦ 'ਚ ਤੁਹਾਡੀ ਮਰਜ਼ੀ, ਟੀਵੀ 'ਤੇ ਦੇਖਿਓ, ਨੈੱਟਫਲਿਕਸ ਦੇਖਿਓ, ਐਮਾਜ਼ੋਨ 'ਤੇ ਦੇਖਿਓ, ਜਿੱਥੇ ਮਰਜ਼ੀ ਦੇਖਿਓ, ਪਰ ਇਹੋ ਜਿਹੀਆਂ ਫਿਲਮਾਂ ਸਿਨੇਮੇ 'ਚ ਦੇਖੋਗੇ ਤਾਂ ਤੁਹਾਨੂੰ ਉੱਥੇ ਕੋਈ ਡਿਸਟਰਬ ਕਰਨ ਵਾਲਾ ਨਹੀਂ ਹੋਊਗਾ, ਅਤੇ ਨਾਲੇ ਵਧੀਆ ਆਨੰਦ ਲੈ ਪਾਓਗੇ। ਜੀ ਬਿਲਕੁਲ ਜੀ, 6 ਮਾਰਚ ਨੂੰ ਲੱਗ ਰਹੀ ਹੈ ਫਿਲਮ ਜ਼ੋਰਾ ਦਾ ਸੈਕਿੰਡ ਚੈਪਟਰ, ਜਿਹਦਾ ਕਿ ਟੀਜ਼ਰ ਰਿਲੀਜ਼ ਹੋ ਚੁੱਕਾ ਹੋਇਆ, ਜੋ ਕਿ ਟੀਜ਼ਰ ਹੀ ਬਹੁਤ ਲੋਕਾਂ ਦੇ ਵਿੱਚ ਆਪਣੀ ਧਮਾਲ ਮਚਾਈ ਹੋਈ ਹੈ ਟੀਜ਼ਰ ਨੇ। ਸੋ ਅਭੀ ਤੋ ਟ੍ਰੇਲਰ ਬਾਕੀ ਹੈ ਮੇਰੇ ਦੋਸਤ, ਕਹਿੰਦੇ ਨਾ ਪਿਕਚਰ ਇਹ ਤਾਂ ਸਿਰਫ ਟੀਜ਼ਰ ਹੈ, ਪਿਕਚਰ ਵੀ ਬਾਕੀ ਹੈ ਮੇਰੇ ਦੋਸਤ, ਅਜੇ ਤਾਂ ਟ੍ਰੇਲਰ ਹੀ ਬਾਕੀ ਹੈਗਾ। ਸੋ ਬਹੁਤ ਵਧੀਆ ਲੱਗਾ, ਬੈਸਟ ਵਿਸ਼ਿਸ ਤੁਹਾਨੂੰ ਤੁਹਾਡੀ ਆਉਣ ਵਾਲੀ ਫਿਲਮ ਦੇ ਲਈ। ਧੰਨਵਾਦ, ਥੈਂਕ ਯੂ ਜੀ।